नमस्कार, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੜੋਲੀ ਤੋਂ, ਜਿੱਥੇ ਕਿ ਇੱਕ ਵੱਡਾ ਹਾਸਾ ਹੋ ਗਿਆ ਹੈ। ਗੁਰਦੁਆਰਾ ਸ਼੍ਰੀ ਭਾਤਪੁਰ ਸਾਹਿਬ ਤੋਂ ਵਾਪਸ ਆਉਂਦੇ ਵੇਲੇ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਹੈ। ਗੁਰਦੁਆਰਾ ਸਾਹਿਬ ਦੀ ਉਤਰਾਈ ਵੇਲੇ ਬ੍ਰੇਕਾਂ ਫੇਲ ਹੋਣ ਦੇ ਚੱਲਦੇ ਹੋਏ ਹਾਸਾ ਵਾਪਰਿਆ, ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਲੜਕਾ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਬੇਲਾ ਧਿਆਨੀ ਦੀ ਵਸਨੀਕ ਸੀ। ਇਸ ਹਾਸੇ ਦਾ ਮੁੱਖ ਕਾਰਨ ਬ੍ਰੇਕਾਂ ਫੇਲ ਹੋਣਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਮੱਥਾ ਟੇਕ ਕੇ ਗੁਰਦੁਆਰਾ ਸ਼੍ਰੀ ਭਾਤਪੁਰ ਸਾਹਿਬ ਤੋਂ ਵਾਪਸ ਆ ਰਹੇ ਸਨ ਤਾਂ ਉਤਰਾਈ ਉਤਰਦੇ ਸਮੇਂ ਉਹਨਾਂ ਦੇ ਵਹੀਕਲ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਦੇ ਚੱਲਦੇ ਉਹ ਉਤਰਾਈ ਤਿੱਖੀ ਹੋਣ ਦੇ ਚੱਲਦੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਹੈ। ਸਥਾਨਕ ਵਸਨੀਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਲੰਗਲ ਪਹੁੰਚਾਇਆ ਗਿਆ, ਜਿੱਥੇ ਬਜ਼ੁਰਗ ਮਹਿਲਾ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀ, ਜਦੋਂ ਕਿ ਉਸਦੇ ਨਾਲ ਲੜਕੇ ਨੂੰ ਚੰਡੀਗੜ੍ਹ PGI ਭੇਜ ਦਿੱਤਾ ਗਿਆ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਅਮੋਲ ਕਾਲੀਆ ਪਾਰਕ ਦੇ ਲਾਗੇ RK ਹਸਪਤਾਲ ਦੇ ਵਿੱਚ 24 ਘੰਟੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਵਿੱਚ ਮੈਡੀਸਨ OPD, ਗਾਇਨੀ OPD, ਬੇ ਔਲਾਦ ਜੋੜਿਆਂ ਦੇ ਲਈ ਸ਼ਰਤੀਆ ਇਲਾਜ, ਨੋਰਮਲ ਅਤੇ ਸਿਜੇਰੀਅਨ ਡਿਲੀਵਰੀ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ। ਸਭ ਤੋਂ ਵੱਡੀ ਗੱਲ, ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ। 24 ਘੰਟੇ ਦੀ ਸੁਵਿਧਾ ਦੇ ਨਾਲ ਹਸਪਤਾਲ ਦੇ ਵਿੱਚ ਹੀ ਫਾਰਮੇਸੀ ਅਤੇ ਲੈਬੋਰਟਰੀ ਵੀ ਮੌਜੂਦ ਹਨ।